नमस्कार, प्राइम बीके न्यूज में आपका स्वागत है। खबर मलेरकोटला पंजाब से। लोकसभा संगरूर से श्रोमणी अकाली दल के उम्मीदवार एडवोकेट इकबाल सिंह ने मलेरकोटला में एक बैठक को संबोधित करते हुए आम आदमी पार्टी पर साधा निशान। उन्होंने कहा कि अस्पतालों में डॉक्टरों की कमी के कारण स्वास्थ्य सुविधाएं खत्म हो गई है और आज उस पार्टी की जरूरत है जो आपके अधिकारों की रक्षा कर सके। उन्होंने पंजाब में आम आदमी पार्टी की सरकार और केंद्र सरकार पर साधा निशाना। प्राइम बीके न्यूज़ के लिए जावेद अंजुम, मेरी पंजाब। जोर दी रैली हुई है, कितना से ज्यादा से जड़ा हैगा उम्मीदवारों का सहयोग मिल रहा है? देखो ਤੁਸੀਂ अगर ਅਸੀਂ ਗੱਲ ਕਰੀਏ ਤਾਂ ਉਮੀਦਵਾਰ ਨੂੰ ਜਿਹੜੇ ਆਪਣੇ ਝੁੰਦਾ ਸਾਹਿਬ ਨੇ ਉਹਨਾਂ ਨੂੰ ਬਹੁਤ ਹੀ ਅੱਛਾ ਜਿਹੜਾ ਹੈ ਸਹਿਯੋਗ ਮਿਲ ਰਿਹਾ ਹੈ ਔਰ ਉਮੀਦ ਤੋਂ ਕਿਤੇ ਬਹੁਤ ਜ਼ਿਆਦਾ ਮਿਲ ਰਿਹਾ ਹੈ ਕਿਉਂਕਿ ਲੋਕਾਂ ਦੀ ਡਿਮਾਂਡ ਵੀ ਹੈ। ਅੱਜ ਲੋਕ ਵੀ ਇਹ ਚਾਹੁੰਦੇ ਨੇ ਕਿ ਜਿਹੜਾ ਲੀਡਰ ਹੋਵੇ ਸਾਡਾ ਆਪਣਾ ਸੰਗਰੂਰ ਦਾ ਹੀ ਹੋਵੇ, ਕੋਈ ਬਾਹਰੋਂ ਲਿਆ ਕੇ ਲੀਡਰ ਲਗਾ ਦੇਣਾ ਔਰ ਉਹ ਕਿੰਨਾ ਕੁ ਕੰਮ ਕਰਦੇ ਨੇ ਇਹ ਲੋਕ ਅੱਜ ਚੰਗੀ ਤਰ੍ਹਾਂ ਜਾਣਦੇ ਨੇ। ਇਹ ਲੋਕ ਇੱਥੇ ਆਉਂਦੇ ਨੇ, ਲੀਡਰ ਬਣਦੇ ਨੇ, ਜਿੱਤਦੇ ਨੇ ਲੋਕਾਂ ਦੀਆਂ ਵੋਟਾਂ ਲੈਂਦੇ ਨੇ ਅਤੇ ਫਿਰ ਆਪਣੇ ਹਲਕਿਆਂ 'ਚੋਂ ਵਾਪਸ ਚਲੇ ਜਾਂਦੇ ਨੇ। ਉਹਦਾ ਨੁਕਸਾਨ ਜਿਹੜਾ ਹੁੰਦਾ ਉਸ ਜਿਹੜਾ ਜਿੱਦਾਂ ਜ਼ਿਲ੍ਹਾ ਸਾਡਾ ਸੰਗਰੂਰ ਹੈ ਇਹਨੂੰ ਭੁਗਤਣਾ ਪੈਣਾ, ਮਲੇਰਕੋਟਲੇ ਨੂੰ ਭੁਗਤਣਾ ਪੈਣਾ, ਬਰਨਾਲੇ ਨੂੰ ਭੁਗਤਣਾ ਪੈਣਾ। ਤਾਂ ਇਸ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਨੇ ਉਹ ਆਪਣੇ ਉੱਥੇ ਕੋਠਿਆਂ 'ਚ ਜਾ ਕੇ ਬੈਠ ਜਾਂਦੇ ਨੇ ਔਰ ਝੁੰਦਾ ਸਾਹਿਬ ਹਮੇਸ਼ਾ ਜਦੋਂ ਦੇ ਵੀ ਇਸ ਹਲਕੇ 'ਚ ਹੈਗੇ ਅਤੇ ਮਲੇਰਕੋਟਲੇ ਜਾਂ ਹੋਣ ਜਾਂ ਫਿਰ ਅਮਰਗੜ੍ਹ ਜਿੱਥੇ ਵੀ ਉਹ ਰਹਿੰਦੇ ਨੇ, ਉਹਨਾਂ ਨੇ ਕਦੇ ਵੀ ਚੰਡੀਗੜ੍ਹ ਜਾ ਕੇ ਆਪਣੀ ਰਿਹਾਇਸ਼ ਨਹੀਂ ਬਣਾਈ। ਉਹ ਹਮੇਸ਼ਾ ਧੂਰੀ ਦੇ MLA ਸੀ ਤਾਂ ਧੂਰੀ ਰਹੇ ਨੇ, ਅਮਰਗੜ੍ਹ ਦੇ ਸੀ ਤਾਂ ਅਮਰਗੜ੍ਹ ਰਹਿਣੇ ਅਤੇ ਇਨਸ਼ਾਅੱਲਾ ਉਹ ਆਉਣ ਵਾਲੇ ਟਾਈਮ 'ਚ ਵੀ ਇੱਥੋਂ ਦੇ ਹੀ ਆਪਣੇ ਜਿਹੜੇ ਕੰਮ ਨੇ ਮਲੇਰਕੋਟਲੇ ਦੇ ਵੀ ਕਰਨਗੇ, ਬਾਕੀ ਪੂਰੇ ਜ਼ਿਲ੍ਹੇ ਦੇ ਵੀ ਬਹੁਤ ਇਮਾਨਦਾਰੀ ਨਾਲ ਕੰਮ ਕਰਨਗੇ। ਕਿਹੋ ਜਿਹਾ ਲੋਕਾਂ ਦਾ ਸਹਿਯੋਗ ਮਿਲ ਰਿਹਾ? ਬਹੁਤ ਅੱਛਾ ਰਿਸਪੋਂਸ ਹੈ ਲੋਕਾਂ ਦਾ। ਲੋਕਾਂ ਨੇ ਹੁਣ ਨਕਾਰ ਦਿੱਤਾ, ਜਿਵੇਂ ਬਾਕੀ ਪਾਰਟੀਆਂ ਸੀ, ਕਾਂਗਰਸ ਦਾ ਆਪਣੇ ਆਪ ਆਪਣਾ ਉਹਨਾਂ ਦਾ ਪਰਦਾ ਫਾਸ਼ ਹੋ ਚੁੱਕਿਆ ਔਰ ਆਮ ਆਦਮੀ ਨੇ ਜਿਹੜੇ ਝੂਠੇ ਵਾਅਦੇ ਕੀਤੇ, ਲਾਰੇ ਲਗਾਏ, ਉਹ ਤਾਂ ਬਿਲਕੁਲ ਕਿਤੇ ਸਟੈਂਡ ਹੀ ਨਹੀਂ ਕਰਦੀ ਹੈ ਪਾਰਟੀ। ਮਲੇਰਕੋਟਲੇ ਨੂੰ ਅੱਜ ਤੱਕ ਜਿਹੜੀ ਆਮ ਪਾਰਟੀ 2 ਸਾਲ 'ਚ ਕੋਈ ਮਤਲਬ ਮੰਤਰੀ ਨਹੀਂ ਬਣਾਇਆ, ਕੁਛ ਨਹੀਂ, ਜਦੋਂ ਕਿ ਹੋਣਾ ਚਾਹੀਦਾ, ਇਹਦੇ 'ਤੇ ਤੁਸੀਂ ਕੀ ਕਹੋਗੇ? ਦੇਖੋ ਇੱਕ ਤਾਂ ਗੱਲ ਇਹ ਹੈ ਕਿ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਆਪਣਾ ਜਿਹੜਾ ਉਹ MLA ਬਣ ਤਾਂ ਜਾਂਦੇ ਨੇ ਪਰ ਉਹਨਾਂ ਨੂੰ ਆਪਣਾ ਜਿਹੜਾ ਰੁਤਬਾ ਉਹੀ ਨਹੀਂ ਪਤਾ ਹੈ, ਉਹਨਾਂ ਨੇ ਕੀ ਕੰਮ ਕਰਾਉਣੇ ਨੇ, ਕਿਵੇਂ ਕਰਾਉਣੇ ਨੇ, ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੈ ਕੁਛ। ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਪਾਰਟੀਆਂ ਨੇ ਉਹ ਮੁਸਲਮਾਨਾਂ ਨੂੰ ਵੈਸ੾ ਹੀ ਖਤਮ ਕਰਨ 'ਤੇ ਲੱਗੀਆਂ ਹੋਈਆਂ ਨੇ। ਆਮ ਆਦਮੀ ਹੋਵੇ ਉਹ ਵੀ BJP ਦੀ B ਟੀਮ ਹੈ ਜਿਸ ਤਰੀਕੇ ਨਾਲ ਅਸੀਂ ਜਾਣਦੇ, ਸਾਰਿਆਂ ਨੂੰ ਪਤਾ ਹੈ। ਅਤੇ ਦੂਸਰੀ ਕਾਂਗਰਸ ਤਾਂ ਕਦੇ ਹੋ ਹੀ ਨਹੀਂ ਸਕਦੀ ਪੰਜਾਬੀਆਂ ਦੀ, ਨਾ ਕਿ ਮੁਸਲਮਾਨਾਂ ਦੀ। ਉਹਨਾਂ ਨੇ ਅੰਦਰੋਂ ਅੰਦਰ ਹਮੇਸ਼ਾ ਜਿਹੜੇ ਮੁਸਲਮਾਨਾਂ ਨੂੰ ਵੱਢਿਆ, ਉਹਨਾਂ ਨੂੰ ਯੂਜ਼ ਕੀਤਾ 70 ਸਾਲ ਯੂਜ਼ ਕਰਨ ਤੋਂ ਬਾਅਦ। ਅੱਜ ਮੁਸਲਮਾਨਾਂ ਦੀ ਇੰਨੀ ਬਦਤਰ ਹਾਲਤ ਹੈ ਕਿ ਜੇ ਅਸੀਂ ਦੇਖੀਏ ਤਾਂ ਸਾਡੇ ਤੋਂ ਜ਼ਿਆਦਾ ਜਿਹੜੇ ਸਾਡੇ ਅਸੀਂ ਇੱਕ ਆਜ਼ਾਦ ਜਿਹੜਾ ਦੇਸ਼ 'ਚ ਗੁਲਾਮ ਕੌਮ, ਸਭ ਤੋਂ ਸਾਡੇ ਤੋਂ ਬੜੀ ਕੋਈ ਕੌਮ ਨਹੀਂ ਹੈ ਜਿਹੜੀ ਗੁਲਾਮੀ ਦੀਆਂ ਇਸ ਜਕੜ 'ਚ ਫਸੀ ਹੋਈ ਹੈ। ਸਰ ਜੀ ਦੀ ਅਗਵਾਈ 'ਚ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਔਰ ਜਿੰਨਾ ਯੂਥ ਨੌਜਵਾਨ ਮੁਹੱਲਾ ਨਿਵਾਸੀ ਪਿਆਰ ਸਤਿਕਾਰ ਨਾਲ ਆਏ ਨੇ, ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਵੀ ਕਰਦੇ ਹਾਂ ਔਰ ਇਹ ਬੇਨਤੀ ਵੀ ਕਰਦੇ ਹਾਂ ਕਿ ਮਲੇਰਕੋਟਲੇ ਦੀ ਧਰਤੀ ਸੰਸਾਰ 'ਤੇ ਇੱਕ ਵੱਖਰੀ ਕਿਸਮ ਦੀ ਧਰਤੀ ਹੈ। ਇੱਥੇ ਵੱਖਰੇ ਕਿਸਮ ਦੇ ਇਤਿਹਾਸ ਸਿਰਜੇ ਗਏ ਨੇ। ਇਸ ਧਰਤੀ ਤੋਂ ਆਹਦਾ ਨਾਰਾ ਵੱਜਿਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ। ਇਹ ਸ਼ਹਿਰ ਹਿੰਦੂ ਸਿੱਖ ਮੁਸਲਿਮ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਸਾਰੇ ਬੜੇ ਖੁਸ਼ਹਾਲੀ, ਅਮਨ ਔਰ ਸ਼ਾਂਤੀ ਨਾਲ ਜੀਵਨ ਬਸ਼ਰ ਕਰ ਰਹੇ ਨੇ। ਵੱਖ ਵੱਖ ਕਿਸਮ 'ਤੇ ਸਮਿਆਂ 'ਤੇ ਇੱਥੇ ਰਾਜਸੀ ਲੋਕ ਲਾਹਾ ਲੈਣ ਲਈ, ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਇੱਥੇ ਦੇ ਲੋਕਾਂ ਨੇ ਕਦੇ ਵੀ ਐਸੇ ਕਿਸਮ ਦੇ ਆਗੂਆਂ ਨੂੰ ਹਵਾ ਨਹੀਂ ਦਿੱਤੀ, ਉਹਨਾਂ ਦੀ ਗੱਲ 'ਤੇ ਕਦੇ ਫੁੱਲ ਨਹੀਂ ਚੜ੍ਹੇ। ਸੋ ਇਸ ਕਰਕੇ ਅਸੀਂ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਸੁਨੇਹਾ ਲੈ ਕੇ ਸ਼ੁਰੂਆਤ ਕੀਤੀ ਹੈ। ਅਸੀਂ ਧੰਨਵਾਦ ਕਰਦੇ ਹਾਂ ਮਲੇਰਕੋਟਲਾ ਵਾਸੀਆਂ ਦਾ।